ਇਸ ਬਟੇ ਵਨਗੀ ਬੁੱਕ ਵਿੱਚੋਂ ਆਪਾਂ ਸਾਂਝੀ ਕੰਧ ਕਹਾਣੀ ਜੋ ਅੱਜ ਆਪਾਂ ਕੰਪਲੀਟ ਕਰਾਂਗੇ ਬੱਸ ਕੰਡਕਟਰ ਇਕਾਂਗੀ ਸਿਰਜਣਾ ਔਰ ਸਾਹਿਤ ਮਾਲਾ ਬੁੱਕ ਦੇ ਵਿੱਚੋਂ ਸੈਕਿੰਡ ਟਰਮ ਦਾ ਸਿਲੇਬਸ ਹੈ ਨਵੀਂ ਤੇ ਪੁਰਾਣੀ ਤਹਿਜ਼ੀਬ ਕਵਿਤਾ ਮਾਤਾ ਗੁਜਰੀ ਜੀ ਕਵਿਤਾ ਪਤਾ ਹੀ ਹੈ ਤੁਹਾਨੂੰ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਹੋਏ ਨੇ ਤੇ ਸਾਹਿਬਜ਼ਾਦਿਆਂ ਦੇ ਦਾਦੀ ਜੀ ਔਰ ਵਾਰਤਕ ਲੇਖ ਇੱਕੋ ਹੀ ਕਰਨਾ ਹੈ ਬੇਬੇ ਵਾਰਤਕ ਲੇਖ ਹੈ ਬੇਬੇ ਬੇਬੇ ਜੀ ਬੇਬੇ ਜੀ ਵਾਰਤਕ ਲੇਖ ਆਪਾਂ ਪਹਿਲਾਂ ਦੋ ਵਾਰਤਕ ਲੇਖ ਕੀਤੇ ਸੀ ਬੇਟੇ ਫਸਟ ਟਰਮ ਚ ਮੁੜ ਵੇਖਿਆ ਪਿੰਡ ਤੇ ਦੂਸਰਾ ਕਿਹੜਾ ਵਹਿਮੀਤ ਆਇਆ ਪਰ ਹੁਣ ਸੈਕਿੰਡ ਟਰਮ ਚ ਇੱਕੋ ਹੀ ਵਾਰਤਕ ਲੇਖ ਹੈ ਬੇਬੇ ਜੀ ਹੁਣ ਉਲਟਾ ਹੋ ਗਿਆ ਹੁਣ ਕਹਾਣੀਆਂ ਦੋ ਨੇ ਪਹਿਲਾਂ ਆਪਾਂ ਕਹਾਣੀ ਇੱਕ ਕੀਤੀ ਸੀ ਠੀਕ ਹੈ ਕਿਹੜੀ ਕਹਾਣੀ ਕੀਤੀ ਸੀ ਪਹਿਲਾਂ ਜਨਮ ਦਿਨ ਠੀਕ ਹੈ ਪਰ ਹੁਣ ਦੋ ਕਹਾਣੀਆਂ ਆਲਰੇਡੀ ਆਪਾਂ ਸਾਂਝੀ ਕੰਧ ਰੀਡ ਕਰ ਚੁੱਕੇ ਆ ਉਹਦੇ ਅੱਜ ਕੁਐਸਚਨ ਆਨਸਰ ਡਿਸਕਸ ਕਰਾਂਗੇ ਕਹਾਣੀ ਸਮਝ ਕੇ ਹੁਣ ਆਪਾਂ ਲਿਖੋ ਵਿਆਕਰਨ ਦੇ ਟੌਪਿਕ ਵਿਸਮਿਕ ਤੇ ਕਿਸਮਾਂ ਇਹ ਸਾਰੇ ਪ੍ਰਸ਼ਨ ਆਣੇ ਹਨ ਛੋਟੇ ਪ੍ਰਸ਼ਨ ਵਿਸਮਿਕ ਦੇ ਠੀਕ ਹੈ ਫੋਰ ਐਗਜ਼ਾਮਪਲ ਸ਼ੋਕਵਾਚਕ ਵਿਸਮਿਕ ਕਿਸ ਨੂੰ ਕਹਿੰਦੇ ਹਨ ਉਹਦੀਆਂ ਦੋ ਉਦਾਹਰਨਾਂ ਦਿਓ ਠੀਕ ਹੈ 2 ਮਾਰਕਸ ਕੁਐਸਚਨ ਵੀ ਆ ਸਕਦਾ ਹੈ 1 ਮਾਰਕ ਵੀ ਵਿਸਮਿਕ ਚੁਣੋ ਉਹਦੀ ਕਿਸਮ ਦੱਸੋ ਫੋਰ ਐਗਜ਼ਾਮਪਲ ਇੱਕ ਡੈਸ਼ ਦਿੱਤੀ ਹੋਈ ਬਲੈਂਕ ਦਿੱਤੀ ਉਹਦੇ ਚ ਵਿਸਮਿਕ ਭਰੋ ਉਹ ਆਪਾਂ ਪ੍ਰੈਕਟਿਸ ਕਰਾਂਗੇ ਤਾਂ ਤੁਹਾਨੂੰ ਆ ਜਾਣਗੇ ਅੱਗੇ ਲਿਖੋ ਮੁਹਾਵਰੇ ਊੜੇ ਤੋਂ ਹਾਹੇ ਤੱਕ ਔਰ ਇਹ ਆਪਸ਼ਨ ਚ ਨਹੀਂ ਆਣੇ ਬੇਟੇ ਇਹਨਾਂ ਦੇ ਅਰਥ ਵੀ ਦੱਸਣੇ ਆ ਤੇ ਵਾਕ ਵੀ ਬਣਾਉਣੇ ਹਨ ਜਿਵੇਂ ਤੁਸੀਂ ਜੂਨੀਅਰ ਕਲਾਸਿਸ ਚ ਕਰਦੇ ਸੀ ਇਹ ਹੁਣ ਆਪਸ਼ਨ ਨਾਲ ਨਹੀਂ ਆਣੇ ਕਿ ਅਰਥ ਦਾ ਮੁਹਾਵਰਾ ਦੱਸੋ ਮੁਹਾਵਰੇ ਦਾ ਅਰਥ ਦੱਸੋ ਹੁਣ ਊੜੇ ਤੋਂ ਹਾਹੇ ਤੱਕ 5 ਭਾਗ ਮੁਹਾਵਰਿਆਂ ਦੇ ਨੇ ਤੁਹਾਡੇ ਸੈਕਿੰਡ ਟਰਮ ਔਰ ਸਾਰੇ ਮੁਹਾਵਰੇ ਅਰਥ ਦੱਸ ਕੇ ਵਾਕ ਬਣਾਉਣੇ ਹਨ 4 ਨੰਬਰ ਦਾ ਕੁਐਸਚਨ ਹੋਏਗਾ ਇਹ ਠੀਕ ਹੈ ਨੈਕਸਟ ਬੇਟੇ ਰਾਈਟਿੰਗ ਸਕਿੱਲ ਲੇਖ 8 ਮਾਰਕਸ ਦਾ ਲੇਖ ਆਣਾ ਜਿਹਦੇ ਵਿੱਚ ਵਿਚਾਰਾਤਮਕ ਲੇਖ ਤੇ ਆਮ ਵਿਸ਼ਿਆਂ ਵਾਲੇ ਲੇਖ ਵਿਚਾਰਾਤਮਕ ਜਾਂ ਆਮ ਵਿਸ਼ਿਆਂ ਵਾਲੇ ਚੁਆਇਸ ਆਣੀ ਹੈ ਉਹਦੇ ਵਿੱਚ ਤੁਸੀਂ 2 ਲੇਖ ਦਿੱਤੇ ਹੋਣਗੇ 1 ਲੇਖ ਕਰਨਾ ਠੀਕ ਹੈ ਦੋ ਪੱਤਰ ਦਿੱਤੇ ਹੋਣਗੇ 1 ਪੱਤਰ ਕਰਨਾ ਨਿੱਜੀ ਜਾਂ ਦਫ਼ਤਰੀ ਨੋਟ ਕਰੋ ਨਿੱਜੀ ਹਾਂਜੀ ਪੱਤਰ ਚ ਪਰ PT3 ਚ ਨਹੀਂ PT3 ਜਿਹੜਾ ਹੋਏਗਾ ਨਾ ਤੁਹਾਡਾ ਉਹਦੇ ਤਾਂ ਇੰਟਰਨਲ ਅਸੈਸਮੈਂਟ ਦਾ ਪਾਰਟ ਹੁੰਦਾ ਤੁਹਾਨੂੰ ਪਤਾ ਹੀ ਹੈ ਉਹਦੇ ਚ ਕੋਈ ਚੁਆਇਸ ਨਹੀਂ ਜਿਹੜਾ ਫਾਈਨਲ ਐਗਜ਼ਾਮ ਹੋਏਗਾ ਟਰਮ 2 ਉਹਦੇ ਵਿੱਚ ਐਸੇ ਚ ਚੁਆਇਸ ਹੈ 2 ਦੀ ਥਾਂ ਤੇ 3 ਲੇਖ ਵੀ ਆ ਸਕਦੇ ਠੀਕ ਹੈ 3 ਲੇਖ ਵੀ ਆ ਸਕਦੇ ਔਰ ਪੱਤਰ 2 ਆਣਗੇ ਉਹਨਾਂ ਚੋਂ 1 ਕਰਨਾ ਔਰ ਵਿਚਾਰਾਤਮਕ ਮੀਨਸ ਮਨਜੀਤ ਤੇ ਜਗਜੀਤ ਮਿੱਠਤ ਨੀਵੀਂ ਨਾਨਕਾ ਗੁੰਚ ਗਿਆ ਜਾਂ ਤਾਂ 1 ਚੁੱਪ 100 ਸੋਕ ਨਾਨਕ ਦੁਖਿਆ ਸਭ ਸੰਸਾਰ ਇਹ ਆਪਾਂ 6 ਲੇਖ ਕਰਾਂਗੇ ਵਿਚਾਰਾਤਮਕ ਤੇ ਆਮ ਵਿਸ਼ਿਆਂ ਵਾਲੀ ਕੋਈ ਲਿਮਟ ਨਹੀਂ ਆ ਉਹਦੇ ਚ ਸਮੱਸਿਆਵਾਂ ਵੀ ਹੋ ਸਕਦੀਆਂ ਗਿਆਨ ਵਿਗਿਆਨ ਨਾਲ ਸੰਬੰਧਿਤ ਵੀ ਹੋ ਸਕਦੇ ਆ ਲੇਖ ਠੀਕ ਹੈ 3rd ਪੁਆਇੰਟ ਨੋਟ ਕਰੋ ਜਿਹੜਾ ਮੋਸਟ ਇੰਪੋਰਟੈਂਟ ਹੈ ਹੁਣ ਰੀਡਿੰਗ ਸਕਿੱਲ ਤੁਹਾਡੀ ਸੈਕਿੰਡ ਟਰਮ ਚ ਨਹੀਂ ਹੈ ਰੀਡਿੰਗ ਸਕਿੱਲ ਮੀਨਸ ਨਾ ਹੀ ਅਣਡਿੱਠਾ ਪੈਰਾ ਆਣਾ ਨਾ ਹੀ ਅਣਡਿੱਠੀ ਕਾਰ ਟੁਕੜੀ ਆਣੀ ਤੁਹਾਡਾ ਕੁੱਲ ਮਿਲਾ ਕੇ ਸਿਲੇਬਸ ਕਿੱਥੋਂ ਸਟਾਰਟ ਹੋਣਾ ਵਿਆਕਰਨ ਤੋਂ ਵਿਆਕਰਨ ਚ 2 ਟੌਪਿਕ ਮੈਂ ਰਿਪੀਟ ਕਰਨ ਲੱਗੀ ਹਾਂ ਬੇਟੇ 1 ਮੁਹਾਵਰੇ ਔਰ ਪਲੱਸ ਵਿਸਮਿਕ ਤੇ ਕਿਸਮਾਂ ਇੰਨਾ ਈਜ਼ੀ ਸਿਲੇਬਸ ਹੈ ਤੁਹਾਡਾ ਠੀਕ ਹੈ ਰੀਡਿੰਗ ਸਕਿੱਲ ਨਹੀਂ ਹੈ 15 ਨੰਬਰ ਦੀ ਜਿਹੜੀ ਰੀਡਿੰਗ ਸਕਿੱਲ ਸੀ ਜਿਹਦੇ ਵਿੱਚ ਤੁਸੀਂ ਪੈਰੇ ਨੂੰ ਪੜ੍ਹਦੇ ਸੀ 2 ਪੈਰੇ ਰੀਡਿੰਗ ਸਕਿੱਲ ਦੇ ਸੀ ਤੇ ਪੋਇਟਰੀ ਦਾ ਇੱਥੇ ਤੁਹਾਨੂੰ ਜ਼ਰੂਰ ਲਾਸ ਹੋਏਗਾ ਕਿਉਂਕਿ ਰੀਡਿੰਗ ਸਕਿੱਲ ਚੋਂ ਬੱਚੇ ਮਾਰਕਸ ਲੈ ਲੈਂਦੇ ਹਾਂ ਇੱਥੇ 15 ਨੰਬਰ ਦੀ ਰਾਈਟਿੰਗ ਸਕਿੱਲ ਹੈ 15 ਨੰਬਰ ਰਾਈਟਿੰਗ ਸਕਿੱਲ ਦੇ ਨੋਟ ਕਰ ਲਓ ਮਾਰਕਸ ਡਿਸਟ੍ਰੀਬਿਊਸ਼ਨ ਵੀ ਨੋਟ ਕਰ ਲਓ ਗ੍ਰਾਮਰ 8 ਮਾਰਕਸ 4 ਨੰਬਰ ਦੇ ਵਿਸਮਿਕ 4 ਦੇ ਮੁਹਾਵਰੇ ਲੇਖ 8 ਨੰਬਰ ਦਾ ਪੱਤਰ 7 ਨੰਬਰ ਦਾ
17 मार्क्स सी लिटरेचर, पत्तर 7 मार्क्स, तुसी कुल मिला के लिखो राइटिंग स्किल 15 मार्क्स, व्याकरण ग्रामर 8 मार्क्स, लिटरेचर 17 मार्क्स। PT3 च लिमिट है, हां जी PT3 च उड़ा एड़ा ईडी भाग इन्ना तुहानु रिलैक्सेशन हैगी है, तीन भाग आंगे उड़ा एड़ा ईडी भाग। हां जी मैं लेख सारे करवाऊंगी बेटे, तुम विचारात्मक जां आम विषयां वाले लेख, आम विषयां दे वेच, आम विषयां दे वेच समस्यावां ज्ञान विज्ञान नाल रिलेटेड जिवें कंप्यूटर मोबाइल त्योहारां नाल संबंधित, ठीक है। निजी और दफ्तरी, हुण आपां ध्यान नाल कहानी सुनीए, एक बारी पहला कहानी दे करैक्टर लिख लो, फिर क्वेश्चन आंसर करिए बैक एक्सरसाइज। कहानी दी रीडिंग मैं कर दिनी हां बेटे, एक बारी समझ लो कहानी, संतोख सिंह धीर दी लिखी हुई कहानी नोट करो। कहानी ते कविता दे विच्चों नोट कर लो बेटे, वन मार्क क्वेश्चन आने ने 5, वन मार्क क्वेश्चन कहानी ते कविता विच्चों करने जरूरी ने, वन मार्क क्वेश्चन, ऑप्शन च नहीं आने, MCQ च नहीं आने, एक जां दो शब्दां च आंसर देने, कहानी ते कविता विच्चों, दो कवितावां ने दो कहानियां, ठीक है। और वड्डे क्वेश्चन आने ने 4-4 मार्क्स से, इकांगी चो ते वार्तक विचो, वार्तक इक्को ही चैप्टर है बेबे जी, ठीक है, ओदे विचो दो क्वेश्चन आणगे, एक करना चॉइस होएगी, ठीक है। इकांगी इक्को ही इकांगी है सिरजना, ओदे चो वड्डा क्वेश्चन आएगा 4 मार्क्स का, चॉइस होएगी एक करना। हां जी PT3 च, PT3 च कोई चॉइस नहीं, क्योंकि वो इंटरनल असेसमेंट का पार्ट है, ओदी 5 वेटेज लगनी है। नाउ लिसन, नोट करो बेटे, सांझी कंध कहानी संतोख सिंह धीर दी लिखी हुई है, पहले वन मार्क क्वेश्चन नोट कर लो, संतोख सिंह धीर दी लिखी हुई है, सारे वन मार्क क्वेश्चंस वही तुहाडा पूरे चैप्टर का सार है जो मैं बोलांगी बेटे। हुण मुख पात्र लिखो, संतोख सिंह धीर का नाम लिखा होया, हुण मुख पात्र लिख लो, सारे मुख पात्र याद करो केड़े केड़े है, यस कपूर सिंह, कपूर सिंह जड़ा के कंध बनानी चाहता है, जिदा कि मकान बरसातों के कारण ढह जाता है, नोट करो कपूर सिंह, अगे है दरबारा सिंह जो कि उसे चाचे का पुत्र है, ये किस नाल संबंधित है कहानी, पेंडू परिवार नाल संबंधित है, नोट कर लो पेंडू परिवार नाल संबंधित कहानी जो कि दो भरावां दे दुआले घूमती है, इसे मुख पात्र को हैं, दो मुख पात्र हैं कपूर सिंह ते दरबारा सिंह, सब बच्चे नोट करो बेटे, कपूर सिंह ते दरबारा सिंह, कपूर सिंह ते दरबारा सिंह। इस कहानी का मुख्य विषय की है कोई दस सकता, वेरी गुड, दो घरां दी सांझी कंध, नोट करो इस कहानी का मुख्य विषय दो घरां दी सांझी कंध, दो घरां दी सांझी कंध इसका मुख्य विषय है। हुण ध्यान नाल कहानी सुन लो एक बारी, वधेरे मीह पैण कारण, नोट करो वधेरे मीह पैण कारण कपूर सिंह का घर ढह गया, हुण वन मार्क क्वेश्चन नाल ही नोट करो,
ਵਧੇਰੇ ਮੀਂਹ ਪੈਣ ਕਾਰਨ ਕਿੱਸਾ ਘੱਟ ਹੈ ਗਿਆ ਕਪੂਰ ਸਿੰਘ ਦਾ। 8 ਮਹੀਨਿਆਂ ਦੀ ਖੱਜਲ ਖੁਆਰੀ ਤੋਂ ਬਾਅਦ ਉਹ ਮਕਾਨ ਬਣਾਉਣ ਲਈ ਪੈਸਿਆਂ ਦਾ ਇੰਤਜ਼ਾਮ ਕਰਨ ਲੱਗਿਆ। ਕਿੰਨੇ ਮਹੀਨੇ ਦੀ ਖੱਜਲ ਖੁਆਰੀ? 8 ਮਹੀਨੇ। ਨੋਟ ਕਰ ਲਓ, ਉਸਨੇ ਮਕਾਨ ਬਣਾਉਣ ਲਈ ਕਿੱਥੇ ਕਿੱਥੇ ਚੱਕਰ ਲਾਏ, ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਬੜੇ ਚੱਕਰ ਕੱਟੇ, ਜ਼ਿਲ੍ਹੇ ਦੇ ਦਫ਼ਤਰਾਂ ਵਿੱਚ। ਕਪੂਰ ਸਿੰਘ ਮੁੱਖ ਪਾਤਰ ਹੈ ਜਿਹਦੀ ਮਕਾਨ ਢਹਿ ਗਿਆ ਤੇ ਉਹ ਸਾਂਝੀ ਕੰਧ ਹੈ ਜਿਹੜੀ ਉਹ ਸਾਰਨੀ ਚਾਹੁੰਦਾ ਹੈ। ਉਹ ਦਰਬਾਰਾ ਸਿੰਘ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਹੈ, ਪਰ ਦਰਬਾਰਾ ਸਿੰਘ ਹੈ ਜਿਹੜਾ ਚੁੱਕ ਵਿੱਚ ਆ ਜਾਂਦਾ ਹੈ, ਜਿਸ ਕਰਕੇ ਦੋਨਾਂ ਦੇ ਵਿੱਚ ਲੜਾਈ ਅਜਿਹੀ ਹੋ ਜਾਂਦੀ ਹੈ ਕਿ ਉਹ ਇੱਕ ਦੂਜੇ ਦਾ ਖੂਨ ਵਹਾਉਣ ਤੇ ਉਤਰ ਆਏ। ਪਰ ਐਂਡ ਤੇ ਇਹਦੇ ਵਿੱਚ 5 ਮੈਸੇਜ ਦਿੱਤੇ ਨੇ। ਇੱਕ ਤਾਂ ਹੈ ਕਿ ਕਿਸੇ ਮਜਬੂਰੀ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ। ਦੂਜਾ ਹੈ ਕਿਸੇ ਦੀ ਚੁੱਕ ਵਿੱਚ ਨਹੀਂ ਆਉਣਾ ਚਾਹੀਦਾ। ਤੀਜਾ ਹੈ ਕਿ ਮਿਲ ਮਿਲਾ ਕੇ ਆਪਣੇ ਜਿਹੜੇ ਘਰ ਦੇ ਕੋਈ ਮਾਮਲੇ ਨੇ ਉਹ ਪਿਆਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਸੁਲਝਾਏ ਜਾ ਸਕਦੇ ਨੇ। ਚੌਥਾ ਹੈ ਕਿ ਦੁੱਖ ਸੁੱਖ ਵੇਲੇ ਭਰਾ ਭਰਾ ਦੇ ਹੀ ਕੰਮ ਆਉਂਦਾ ਹੈ, ਭਰਾ ਹੀ ਭਰਾ ਦੀ ਸੱਜੀ ਬਾਂਹ ਬਣਦਾ ਹੈ। ਠੀਕ ਹੈ, ਕਲੀਅਰ ਹੈ। ਤੇ ਪੰਜਵਾਂ ਇੱਕ ਸੁਨੇਹਾ ਇਹ ਹੈ ਕਿ ਭਰਾਵਾਂ ਭਰਾਵਾਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ, ਪਿਆਰ ਨਾਲ, ਨਿੱਕੀ ਮਾਮੂਲੀ ਜੀ ਗੱਲ ਤੇ ਝਗੜਨਾ ਨਹੀਂ ਚਾਹੀਦਾ। ਠੀਕ ਹੈ, ਕਲੀਅਰ ਹੈ। ਤੇ ਔਖੇ ਸੁੱਖੇ ਵੇਲੇ ਇੱਕ ਦੂਜੇ ਦੇ ਕੰਮ ਆਉਣਾ ਜ਼ਰੂਰੀ ਹੈ, ਕੰਮ ਆਉਣਾ ਚਾਹੀਦਾ। ਨੈਕਸਟ ਨੋਟ ਕਰੋ ਬੇਟੇ, ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਸਕਿਆ, ਬੜੀ ਖੱਜਲ ਖੁਆਰੀ ਹੋਈ, ਜ਼ਿਲ੍ਹੇ ਦੇ ਦਫ਼ਤਰ ਵਿੱਚ ਬੜੇ ਧੱਕੇ ਖਾਧੇ, ਚੱਕਰ ਕੱਟੇ, ਵਜ਼ੀਰਾਂ ਦੀਆਂ ਸਿਫਾਰਿਸ਼ਾਂ ਪੁਆ ਕੇ ਉਹਨੇ ਕਿੰਨੀ ਜ਼ਮੀਨ ਆਪਣੀ ਬੈਹ ਕਰ ਦਿੱਤੀ। ਬੈਹ ਦਾ ਮਤਲਬ ਹੁੰਦਾ ਗਹਿਣੇ ਰੱਖ ਦਿੱਤੇ, ਗਹਿਣੇ। ਨੋਟ ਕਰੋ ਬੇਟੇ, ਗਹਿਣੇ, ਕਿਉਂਕਿ ਜ਼ਮੀਨ ਗਹਿਣੇ ਰੱਖ ਕੇ ਪੈਸੇ ਲਏ ਜਾਂਦੇ ਨੇ। ਜ਼ਮੀਨ ਗਹਿਣੇ ਧਰ ਕੇ, ਜਿਵੇਂ ਹੁਣ ਬੱਚਿਆਂ ਨੇ, ਅੱਜ ਕੱਲ੍ਹ ਕਿਸੇ ਬੱਚਿਆਂ ਨੂੰ ਆਪਣਾ ਪੇਰੈਂਟਸ ਨੇ ਮਜਬੂਰੀ ਵਸ ਬਾਹਰ ਭੇਜਣਾ ਹੈ, ਲੋਨ ਲੈਣਾ ਹੈ, ਲੋਨ ਨਹੀਂ ਮਿਲਿਆ ਤਾਂ ਆਪਣੀ ਜ਼ਮੀਨ ਗਹਿਣੇ ਧਰ ਦਿੱਤੀ ਕਿਸੇ ਕੋਲ, ਉਹਦੇ ਕੋਲੋਂ ਪੈਸੇ ਲੈ ਲਏ, ਕਿਉਂਕਿ ਵਿਹਲਾ ਹੀ ਸਾਰਨਾ। ਕਿੰਨੀ ਜ਼ਮੀਨ? 10 ਵਿਘੇ ਜ਼ਮੀਨ ਜ਼ਮਾਨਤੀ ਰੱਖ ਕੇ ਗਹਿਣੇ ਧਰ ਕੇ ਕਰਜ਼ਾ ਲੈ ਲਿਆ ਤੇ ਮਕਾਨ ਬਣਾਉਣ ਦਾ, ਆਪਣਾ ਸਮਾਨ ਬਣਾਉਣ ਦਾ ਇੰਤਜ਼ਾਮ ਕਰਨ ਲੱਗਾ। ਕਪੂਰ ਸਿੰਘ ਦੇ ਸੱਜੇ ਪਾਸੇ ਕਿਸਦੀ ਕੰਧ ਸੀਗੀ? ਆਪਾਂ ਆਲਰੇਡੀ ਰੀਡਿੰਗ ਕੀਤੀ ਹੈ, ਚਾਚੀ ਰਾਮ ਕੌਰ ਨਾਲ ਸਾਂਝੀ ਕੰਧ ਹੈ। ਕਰੈਕਟਰ ਲਿਖੋ, ਚਾਚੀ ਰਾਮ ਕੌਰ ਦਾ ਨਾਮ ਆਇਆ, ਚਾਚੀ ਰਾਮ ਕੌਰ ਦੀ ਸਾਂਝੀ ਕੰਧ ਹੈ। ਤੇ ਪਿਛਲੇ ਪਾਸੇ ਕਿਸਦਾ ਘਰ ਨੇ? ਪਿਛਲੇ ਪਾਸੇ ਚੰਨਣ ਸਿੰਘ ਚਿੰਨੀਏ ਦੀ ਆਬਾਦੀ ਹੈ, ਉਸੇ ਘਰ ਦੇ ਪਿਛਲੇ ਪਾਸੇ ਚੰਨਣ ਸਿੰਘ ਚਿੰਨੀਏ ਦੀ ਆਬਾਦੀ ਹੈ। ਇੱਕ ਵਾਰੀ ਟਾਈਮ ਮਿਲਿਆ ਨਾ ਬੇਟੇ, ਚੰਗੀ ਤਰ੍ਹਾਂ ਥੋਰਲੀ ਇਹ ਚੈਪਟਰ ਰੀਡ ਕਰ ਲੈਣਾ, ਕਿਉਂਕਿ ਇਹਨੂੰ ਥੋੜਾ ਜਿਹਾ ਟਾਈਮ ਲੱਗਣਾ। ਰੋਜ਼ ਇਹ ਦੋ ਦੋ ਤਿੰਨ ਤਿੰਨ ਪੇਜ ਵੀ ਰੀਡ ਕਰ ਲਓ, ਤੁਹਾਨੂੰ ਅੰਡਰਲਾਈਨ ਕਰ ਲੈਣਾ। ਵੈਸੇ ਤਾਂ ਮੈਂ ਜਦੋਂ ਸਾਰੇ ਕੁਸ਼ਚਨ ਆਨਸਰ ਕਰਾਉਣੇ ਤੁਹਾਨੂੰ ਸਾਰਾ ਸਮਝ ਲੱਗ ਜਾਣਾ। ਨੈਕਸਟ ਲਿਖੋ, ਉਸਦੇ ਬਿਲਕੁਲ ਖੱਬੇ ਪਾਸੇ ਦੇਖੋ, ਪਿਛਲੇ ਪਾਸੇ ਚੰਨਣ ਚਿੰਨੀਏ ਦੀ ਹੈ, ਸੱਜੇ ਪਾਸੇ ਰਾਮ ਕੌਰ ਦੀ ਕੰਧ ਹੈ, ਤੇ ਖੱਬੇ ਪਾਸੇ ਸਾਂਝੀ ਕੰਧ ਦਰਬਾਰੇ ਨਾਲ। ਨੋਟ ਕਰ ਲਓ, ਖੱਬੇ ਪਾਸੇ ਉਸੀ ਦਰਬਾਰੇ ਨਾਲ ਸਾਂਝੀ ਕੰਧ ਸੀ। ਇੱਕ ਦੋ ਵਾਰੀ ਕਪੂਰ ਸਿੰਘ ਨੇ ਦਰਬਾਰੇ ਨੂੰ ਕੰਧ ਕਰਨ ਲਈ ਕਿਹਾ, ਪਰ ਉਸ ਤੇ ਕੋਈ ਅਸਰ ਨਾ ਹੋਇਆ, ਕਿਉਂਕਿ ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਦੀ ਸੀ। ਵਡਾਰੂਆਂ ਮੀਨਸ ਬਜ਼ੁਰਗਾਂ ਦੀ ਸੀ, ਇੱਥੇ ਵਡਾਰੂ ਸ਼ਬਦ ਆਇਆ, ਵਡਾਰੂ ਮੀਨਸ ਬਜ਼ੁਰਗਾਂ ਦੀ ਸੀ, ਜੋ ਕਿ ਥਾਂ ਥਾਂ ਤੋਂ ਖਸਤਾ ਹੋਈ ਪਈ ਸੀ। ਕੰਧ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਸੀ, ਜਿਸ ਕਰਕੇ ਮੀਂਹ ਪਿਆ ਤੇ ਕੰਧ ਢਹਿ ਗਈ। ਵੈਸੇ ਵੀ ਕਪੂਰ ਸਿੰਘ ਦੇ ਘਰ ਦੀ ਹਾਲਤ ਵੀ ਬਹੁਤ ਖਸਤਾ ਹੈ। ਜਿੰਨੀ ਦਰਬਾਰਾ ਸਿੰਘ ਦੇ ਘਰ ਦੀ ਹਾਲਤ ਚੰਗੀ ਹੈ ਨਾ, ਓਨੀ ਕਪੂਰ ਸਿੰਘ ਦੇ ਘਰ ਦੀ ਹਾਲਤ ਮਾੜੀ ਹੈ, ਮੀਨਸ ਕਿ ਉਹ ਪੂਰਾ ਸੁਰਾ ਹੀ ਹੈ ਘਰੋਂ। ਕਪੂਰ ਸਿੰਘ ਨੇ ਚਾਚੀ ਰਾਮ ਕੌਰ ਤੇ ਚੰਨਣ ਸਿੰਘ ਚਿੰਨੀਏ ਸਮੇਤ
ਕਈਆਂ ਨੂੰ ਦਰਬਾਰੇ ਨੂੰ ਸਮਝਾਉਣ ਲਈ ਕਿਹਾ, ਕਈਆਂ ਦੇ ਹੱਥ ਸੁਨੇਹਾ ਭੇਜਿਆ ਕਿ ਦਰਬਾਰੇ ਨੂੰ ਸਮਝਾਇਆ ਜਾਵੇ, ਮੇਰੀ ਮੁਸ਼ਕਿਲ ਨੂੰ ਸਮਝੇ ਕਿ ਮੇਰਾ ਸਾਥ ਦੇਵੇ। ਮੇਰਾ ਭਰਾ ਹੈ, ਮੈਂ ਉਹਦਾ ਦੁਸ਼ਮਣ ਨਹੀਂ ਹਾਂ, ਉਹਦਾ ਵੀ ਉਹਦੇ ਵਿੱਚ ਫਾਇਦਾ ਹੈ। ਬੜੀਆਂ ਗੱਲਾਂ ਇਸ ਤਰ੍ਹਾਂ ਕੀਤੀਆਂ ਜਿਵੇਂ ਪਿਆਰ ਨਾਲ ਬੈਠ ਕੇ ਕਰਦੇ ਹਾਂ, ਪਰ ਉਹਦੇ ਤੇ ਕੋਈ ਅਸਰ ਹੀ ਨਹੀਂ। ਕਿਹਦੇ ਤੇ? ਦਰਬਾਰਾ ਸਿੰਘ ਤੇ। ਕਿਸੇ ਦੇ ਕਹੇ ਦਾ ਕੋਈ ਅਸਰ ਨਹੀਂ ਹੋਇਆ। ਕਪੂਰ ਸਿੰਘ ਨੇ ਦਰਬਾਰੇ ਨਾਲ ਨਾਲ ਫਿਰ ਆਪ ਹੀ ਗੱਲ ਕਰਨ ਦੀ ਸੋਚੀ ਕਿ ਉਹਨੇ ਬੜੇ ਸੁਨੇਹ ਭੇਜੇ। ਕਿਹਦੇ ਕਿਹਦੇ ਹੱਥ ਭੇਜਿਆ? ਚਾਚੀ ਰਾਮ ਕੌਰ, ਚੰਨਨ ਚਿੰਨੀਏ ਦੇ ਹੱਥ, ਸਰਪੰਚ। ਜਦੋਂ ਗੱਲ ਕਰਨ ਗਿਆ ਉਦੋਂ ਸਾਰੇ ਇਕੱਠੇ ਬੈਠੇ ਨੇ ਤੇ ਉਹਨਾਂ ਦੀ ਚੁੱਪ ਚੁਤਾ ਆਇਆ। ਦਰਬਾਰਾ ਸਿੰਘ ਜੇ ਗੱਲ ਚ ਆਉਣ ਵੀ ਲੱਗਿਆ ਨਾ, ਉਹਦੀ ਗੱਲ ਹਾਂ ਚਾਮਲਾ, ਪਰ ਕਿਹਦੀ ਚੁੱਪ ਚ ਆ ਗਿਆ? ਇਸ਼ਾਰਾ ਕਿਹਦਾ ਹੋਇਆ? ਸਰਪੰਚ ਦਾ। ਧਿਆਨ ਨਾਲ ਸੁਣੋ, ਅਗਲੇ ਦਿਨ ਕਪੂਰ ਸਿੰਘ ਜਦੋਂ ਦਰਬਾਰੇ ਦੇ ਘਰ ਗਿਆ ਤਾਂ ਪਤਾ ਲੱਗਾ ਕਿ ਉਹ ਪਟਵਾਰੀ ਵੱਲ ਗਿਆ, ਉਹ ਵੀ ਉੱਥੇ ਵੀ ਚਲਾ ਗਿਆ। ਅੱਗੋਂ ਪਟਵਾਰੀ, ਸਰਪੰਚ, ਟੁੰਡਾ ਲੰਬੜਦਾਰ ਤੇ ਇੱਕ ਦੋ ਹੋਰ ਆਦਮੀ ਇਕੱਠੇ ਬੈਠੇ ਸਨ। ਕਿੱਥੇ ਬੈਠੇ ਸਨ? ਮੰਜੀ ਤੇ ਬੈਠੇ ਸਨ। ਕਪੂਰ ਸਿੰਘ ਨੇ ਸਾਰਿਆਂ ਦੇ ਸਾਹਮਣੇ, ਉਹਨੂੰ ਕੀ ਝਿਜਕ ਹੈ, ਸਾਰਿਆਂ ਦੇ ਸਾਹਮਣੇ ਆਪਣੀ ਮੁਸ਼ਕਿਲ ਰੱਖ ਦਿੱਤੀ। ਕਿਹੜੀ ਮੁਸ਼ਕਿਲ? ਕਿ ਬੜੀ ਬੜੀ ਧੀਰਜ ਨਾਲ, ਹੌਸਲੇ ਨਾਲ, ਹੌਸਲਾ ਵੀ ਕਰ ਲਿਆ, ਧੀਰਜ ਵੀ, ਬੜੇ ਪਿਆਰ ਨਾਲ, ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ, ਬੜੇ ਧੀਰਜ ਨਾਲ ਸਾਂਝੀ ਕੰਧ ਬਣਾਉਣ ਦੀ ਗੱਲ ਕੀਤੀ। ਪਰ ਅੱਗੋਂ ਦਰਬਾਰਾ ਸਿੰਘ ਨੇ ਕੀ ਕਹਿ ਦਿੱਤਾ? ਮੈਨੂੰ ਕੋਈ ਕੰਧ ਬਣਾਉਣ ਦੀ ਲੋੜ ਨਹੀਂ ਹੈ, ਤੈਨੂੰ ਲੋੜ ਹੈ ਤੂੰ ਬਣਾਈ ਜਾ। ਅੱਗੋਂ ਸਰਪੰਚ ਤੇ ਪਟਵਾਰੀ ਵੀ ਦਰਬਾਰੇ ਨੂੰ ਕੀ ਦੇ ਰਹੇ ਸਨ? ਸ਼ਹਿ ਦੇ ਰਹੇ ਸਨ, ਇਸ਼ਾਰਾ ਕਰ ਰਹੇ ਸਨ ਕਿ ਤੈਨੂੰ ਕੀ ਪਈ ਹੈ, ਇਹਨੂੰ ਲੋੜ ਹੈ ਬਣਾ ਲਵੇ। ਉਹ ਵੀ ਉਹਨਾਂ ਦੀ ਚੁੱਕ ਵਿੱਚ ਆ ਗਿਆ, ਚੁੱਕ ਵਿੱਚ ਆ ਕੇ ਆਪਣੇ ਭਰਾ ਦੀ ਕੋਈ ਗੱਲ ਨਾ ਸੁਣੀ। ਉਹਦਾ ਦਰਬਾਰੇ ਨਾਲ ਕੀ ਰਿਸ਼ਤਾ ਹੈ? ਚਾਚੇ ਦਾ ਪੁੱਤ ਹੈ, ਭਰਾ ਸਕਾ ਨਹੀਂ ਹੈ। ਚਾਚੇ ਤਾਏ ਦੇ ਪੁੱਤ ਇੱਕੋ ਹੀ ਘਰ ਚ ਇਕੱਠੇ, ਜੁਆਇੰਟ ਫੈਮਿਲੀ ਜਿੱਥੇ ਰਹਿੰਦੀਆਂ ਨੇ ਇਕੱਠੇ ਰਹਿੰਦੇ ਨੇ, ਚਾਚੇ ਦਾ ਪੁੱਤ ਹੈ। ਦਰਬਾਰਾ ਸਿੰਘ ਨੂੰ ਬਾਰ ਬਾਰ ਮਨਾਉਣ ਤੇ ਉਸਦੇ ਦਿਲ ਚੀਰਵੇਂ ਉੱਤਰ ਸੁਣ ਕੇ ਕਪੂਰ ਸਿੰਘ ਨੂੰ ਬਹੁਤ ਦੁੱਖ ਹੋਇਆ। ਦਰਬਾਰਾ ਸਿੰਘ ਨੇ ਪਹਿਲਾਂ ਤਾਂ ਕਪੂਰ ਸਿੰਘ ਨੂੰ ਕਿਹਾ ਕਿ ਉਹ ਪੈਸਾ ਖਰਚਣ ਦੀ ਉਹਦੇ ਵਿੱਚ ਹਿੰਮਤ ਹੀ ਨਹੀਂ ਹੈ, ਜਾਨ ਹੀ ਨਹੀਂ ਹੈ। ਆਖਿਰਕਾਰ ਕਪੂਰ ਸਿੰਘ ਨੇ ਕਿਹਾ ਕਿ ਉਹ ਪੈਸੇ ਆਪ ਖਰਚ ਕੇ ਕੰਧ ਖੜੀ ਕਰ ਲਏਗਾ, ਸਾਰਾ ਸਮਾਨ ਦਾ ਇੰਤਜ਼ਾਮ ਉਹ ਆਪ ਕਰ ਲਏਗਾ। ਪਰ ਉਹ ਫਿਰ ਵੀ ਕਿਸੇ ਤਰ੍ਹਾਂ ਮੰਨਣ ਲਈ ਤਿਆਰ ਨਹੀਂ ਸੀ, ਉਹਨੇ ਪੈਸੇ ਤਾਂ ਕੀ ਦੇਣੇ ਸੀ ਸਾਂਝੀ ਕੰਧ ਬਣਾਉਣ ਲਈ। ਇਸ ਗੱਲ ਤੇ ਦਰਬਾਰਾ ਸਿੰਘ ਉਦਾਂ ਹੀ ਭੁੜਕ ਪਿਆ ਕਿ ਉਸਨੂੰ ਕੌਣ ਰੋਕ ਸਕਦਾ ਹੈ, ਉਹ ਵੀ ਮਾਲਕ ਹੈ ਕੰਧ ਦਾ। ਗੱਲ ਲੜਾਈ ਤੇ ਹੱਥੋਂ ਪਾਈ ਤੇ ਆ ਗਈ, ਆਪਸ ਵਿੱਚ ਲੜਾਈ ਝਗੜਾ ਹੋ ਗਿਆ। ਐਸਾ ਲੜਾਈ ਝਗੜਾ ਹੋਇਆ ਕਿ ਇੱਕ ਦੂਜੇ ਦਾ ਖੂਨ ਵਹਾਉਣ ਤੱਕ ਨੌਬਤ ਆ ਗਈ। ਕਪੂਰ ਸਿੰਘ ਕਹਿ ਕੇ ਗਿਆ ਕਿ ਦੁੱਖ ਦੇਖੀ ਕੰਧ ਕਿਵੇਂ ਬੰਦੀ। ਹੁਣ ਕਪੂਰ ਸਿੰਘ ਨੇ ਡਿੰਗਾ ਤਾਂ ਮਾਰ ਦਿੱਤੀਆਂ ਕਿ ਕੰਧ ਤਾਂ ਬਣਾਉਣੀ ਹੈ ਨਾ, ਉਹ ਵਿਚਾਰੇ ਦਾ ਗੁਜ਼ਾਰਾ ਹੀ ਨਹੀਂ ਹੈ। ਹੁਣ ਕੰਮ ਸ਼ੁਰੂ ਹੋ ਗਿਆ ਬੇਟੇ, ਇੱਕ ਦਰਬਾਰਾ ਸਿੰਘ ਵਾਲੀ ਕੰਧ ਛੱਡ ਕੇ ਬਾਕੀ ਦਾ ਸਾਰਾ ਉਹਨੇ ਲੈਂਟਰ ਵੀ ਪਵਾ ਲਿਆ, ਕੰਧ ਬੰਨੀ ਸ਼ੁਰੂ ਹੋ ਗਈ। ਡਿਓੜੀ ਦਾ ਲੈਂਟਰ ਪਾਉਣ ਲਈ ਦਰਬਾਰਾ ਸਿੰਘ ਨੇ ਵਾਲੀ ਕੰਧ ਬਣਾਉਣ ਦਾ ਵੀ ਉਹਨੇ ਫੈਸਲਾ ਕਰ ਲਿਆ ਕਿ ਇਹਨੇ ਤਾਂ ਕਿਸੇ ਗੱਲ ਵਿੱਚ ਮੇਰੇ ਆਉਣਾ ਨਹੀਂ, ਪਰ ਮੈਨੂੰ ਤਾਂ ਕੰਧ ਬਣਾਉਣੀ ਜ਼ਰੂਰੀ ਹੈ। ਹੁਣ ਕੰਧ ਬਣਾਉਂਦਾ ਉਹਨੇ ਆਪ ਹੀ ਸੋਚ ਲਈ, ਕਿੰਨੇ? ਕਪੂਰ ਸਿੰਘ ਨੇ। ਉਹਨੇ ਸਾਰਾ ਇੰਤਜ਼ਾਮ ਕਰ ਲਿਆ, ਸਮਾਨ, ਇੱਟਾਂ, ਬਜਰੀ, ਜੋ ਵੀ ਸਮਾਨ ਚਾਹੀਦਾ ਕੰਧ ਬਣਾਉਣ ਲਈ। ਪਹਿਲਾਂ ਤਾਂ ਉਸਨੇ ਦਰਬਾਰੇ ਨੇ ਵੀ ਹੱਥ ਪੈਰ ਅੜਾਏ, ਪਰ ਪਿੰਡ ਦੀ ਸਾਂਝੀ ਰਾਏ ਮੂਹਰੇ ਉਹਨੂੰ ਝੁਕਣਾ ਪਿਆ। ਜਦੋਂ ਪਿੰਡ ਦੀ ਸਾਂਝੀ ਰਾਏ ਮੂਹਰੇ ਝੁਕਣਾ ਪਿਆ, ਵਨ ਮਤ ਕੁਸ਼ਚਨ ਨੋਟ ਕਰ ਲਓ, ਮਜ਼ਦੂਰੀ ਉਸਨੂੰ ਛੱਡ ਦਿੱਤੀ ਗਈ। ਆਖਿਰ ਤੇ ਫੈਸਲਾ ਕੀ ਗਿਆ ਕਿ ਮਜ਼ਦੂਰੀ ਨਹੀਂ ਉਹ ਦੇਗਾ, ਬਾਕੀ ਉਹ ਉਹਦੇ ਵਿੱਚ ਅੱਧ ਦੇਗਾ, ਪਰ ਹੋਰ ਸਮਾਨ ਉਸਨੂੰ ਅੱਧ ਦੇਣਾ ਤੈਅ ਹੋ ਗਿਆ, ਉਹ ਵੀ ਦੋ ਲੰਬੀਆਂ ਕਿਸ਼ਤਾਂ ਵਿੱਚ। ਕਾਗਜ਼ ਬਣ ਚੁੱਕੇ ਸਨ, ਇੱਕ ਪਾਸੇ ਧੰਮਾ ਸਿੰਘ ਸਰਪੰਚ, ਹੁਣ ਨੋਟ ਕਰੋ ਸਰਪੰਚ ਦਾ ਨਾਮ ਧੰਮਾ ਸਿੰਘ, ਸਰਪੰਚ ਦਾ ਨਾਮ ਹੈ ਧੰਮਾ ਸਿੰਘ। ਮਜ਼ਦੂਰੀ ਕਪੂਰ ਸਿੰਘ ਦੇਗਾ, ਉਹਨੇ ਦੇਖ ਲਿਆ ਕਿ ਕਿਸੇ ਗੱਲ ਚ ਤਾਂ ਆਉਂਦਾ ਨੀ, ਉਹਨੇ ਕਿਹਾ ਚਲੋ ਸਮਾਨ ਦਾ ਹੀ ਅੱਧ ਦੇ ਦੇਵੇ, ਮਜ਼ਦੂਰੀ ਮੈਂ ਆਪੇ ਦੇ ਲਾਂਗਾ ਔਖੇ ਸੌਖੇ ਉੱਤੇ। ਸਮਾਨ ਦਾ ਅੱਧ ਵੀ ਉਹਨੇ ਦੋ ਲੰਬੀਆਂ ਕਿਸ਼ਤਾਂ ਵਿੱਚ ਦੇਣਾ ਮੰਨਿਆ, ਦੋ ਲੰਬੀਆਂ ਕਿਸ਼ਤਾਂ ਵਿੱਚ। ਕਹਾਣੀ ਅੱਛੀ ਤਰ੍ਹਾਂ ਰੀਡ ਕਰਨਾ, ਠੀਕ ਹੈ, ਫਿਰ ਤੁਹਾਨੂੰ ਸਾਰਾ ਕੁਛ ਕਲੀਅਰ ਹੋ ਜਾਏਗਾ। ਇੱਕ ਪਾਸੇ
एक पासे धम्मा सिंह सरपंच ते दूजे पासे नाहर सिंह अकाली ने रस्सी फड़ के नपाई लई। नोट करो बेटे, नाहर सिंह अकाली शरारत नाल सरपंच ने कपूर सिंह वाल हाथ को भर रस्सी परे वधेरे कर दिती। एकदम रोला पै गया जिस करके धम्मा सिंह नू एक हथ रस्सी दूजे पासे करनी पई। जदों साल छुटके मिस्त्री करन लगा ता दरबार सिंह ने रोला पा दिता कि मैनू ये मंजूर नहीं। कंध उस वल नू चार उंगलां होनी चाहीदियां। देखो जदों बन्नी भी शुरू हो गई फिर उन्हें अड़िका पाता किहदी चुक विच आ के, सरपंच धम्मा सिंह दी चुक विच आ के। दरबारे वालों गाली गलोच होने लग पिया, दोवां पासिआं तों फिर लड़ाई होई। नतीजे इदां दे आ गए कि हथियारां दे नाल मार विच उन्हां दे सिर खुल गए, सिर पाट गए, खून नाल लथपथ हो गए हथियारां नाल। इस तों बाद दोवां धिरां दीआं जमानतां होईआं, दरबारा सिंह ते कपूर सिंह जमानतां होईआं, कंध बन गई पर दिलां विच खटास पैदा हो गई, दिलां विच फर्क पैदा हो गया। ऐसी लड़ाई झगड़ा होया कि दोनों घरां दी आपस विच बोलचाल बंद हो गई, क्योंकि दिलां विच नफरत पैदा हो गई दूजियां दी चुक विच आके। बिल्कुल बोलचाल बंद हो गई। मीज अगलियां जनरेशन च भी यही हो गया कि हुण असीं इन्हां दे घर ना लैण देण रखना, ना इन्हां दे आना जाना दुख सुख वेले भी। दरबारा सिंह वल्लों दित्तियां जाण वालियां किश्तां भी तरीका लंघ गया, दरबारा सिंह ने किश्तां भी नहीं दित्तियां। उहदे पिछे की रीजन होया, उहदा कारण अगे जाके दस्सिया कि दरबारा सिंह किश्तां क्यों नहीं दे सकिया। हुण इह कह लो कि जिहो जिहा इंसान कर्म करदा है उहनूं इहो जिहा फल भोगना पैंदा इस संसार विच ही। दरबारा सिंह दी सेहत बारे एक दिन चाची राम कौर ने कपूर सिंह नूं दस्सिया कि दरबारा सिंह दी सेहत बहुत ही खराब हो गई है, डे बाय डे उह निकरदा ही जा रहा है, सेहत वल्लों कमजोर हुंदा जा रहा है डे बाय डे। मीन्स लिस्सा हो गया, कमजोर हो गया कि उहदे बचन दी लगदा कोई उम्मीद नहीं रही। इदां दा राम प्यारी ने अजे भाव ते जज्बात किहदे अगे रखे? कपूर सिंह अगे। केड़ी बीमारी दसी कि वह निमोनिया का शिकार हो गया कि निमोनिया इहो जी तकलीफ है ना जिहदे विच कह दिंदे आ कि ऑक्सीजन लैवल भी घट जाता है तो इंसान का बचना मुश्किल हो जाता है, उन्होंने निमोनिया ने घेर लिया। ऐसा घेरिया कि मंजे ते पै गया, डे बाय डे उहदी सेहत निगरदी चली गई, लिस्सा हुंदा गया, कमजोर हुंदा गया। हुण कपूर सिंह नूं किहदे थ्रू पता चलिया, किहदे राही पता चलिया? चाची राम प्यार। जदों उहने अपने भरा दरबारा सिंह दी सेहत दी खराबी बारे सुनिया ना, उहदे पैरां हेठों जमीन निकल गई कि ना मैनूं पता ही नहीं। उत्थे उह सब कुछ भुल गया कपूर सिंह कि इहने मेरे नाल इन्नी माड़ी कीती है। ਉਹਦੇ ਘਰ ਗਿਆ ਸਿੱਧਾ ਹੀ, ਉੱਤੋਂ ਰਿਹਾ ਹੀ ਨਹੀਂ ਗਿਆ, ਉੱਤੋਂ ਰਿਹਾ ਨਹੀਂ ਗਿਆ। ਜਦੋਂ ਉਹਨੇ ਦਰਬਾਰੇ ਸਿੰਘ ਦੀ ਦਰਬਾਰੇ ਦੀ ਹਾਲਤ ਦੇਖੀ ਤਾਂ ਉਹ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਿਆ, ਜਜ਼ਬਾਤੀ ਹੋ ਗਿਆ, ਕਿਉਂਕਿ ਉਹ ਤਾਂ ਹੱਡੀਆਂ ਦਾ ਪਿੰਜਰ ਬਣਿਆ ਪਿਆ ਸੀ, ਹੱਡੀਆਂ ਦੀ ਮੁੱਠ ਬਹੁਤ ਜ਼ਿਆਦਾ ਸੁੱਕ ਕੇ ਢਿੱਲਾ ਹੋ ਗਿਆ ਸੀ। ਉਹਨੇ ਕੀ ਆ ਆਪਣਾਪਨ ਜਿਤਾਉਂਦੇ ਹੋਏ ਕਿਹਾ ਕਿ ਤੂੰ ਫਿਕਰ ਨਾ ਕਰ, ਤੂੰ ਠੀਕ ਹੋ ਜਾਣਾ। ਉਹਨੂੰ ਹੌਸਲਾ ਦਿੱਤਾ ਤੇ ਉਹਨੂੰ ਆਪਣੀ ਜੇਬ ਚੋਂ ਆਪਣੀ ਹੈਸੀਅਤ ਮੁਤਾਬਿਕ 10 ਰੁਪਏ ਦਾ ਨੋਟ ਕੱਢ ਕੇ ਦਿੱਤਾ ਚੰਗੇ ਡਾਕਟਰ ਕੋਲੋਂ ਇਲਾਜ ਕਰਾਉਣ ਲਈ। ਦਸ ਰੁਪਏ ਆਪਣੀ ਜੇਬ ਚੋਂ ਕੱਢ ਕੇ ਦਿੱਤੇ ਹੈ। ਯੈਸ, ਜਿਵੇਂ ਦੇਸ਼ ਦੀ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਨੇ, ਉਹਦੇ ਧੇਲੇ ਆਨਿਆਂ ਦੀ ਵੀ ਕੀਮਤ ਸੀ, 98-94 ਦੀ ਵੀ ਕੀਮਤ ਸੀ। ਧਿਆਨ ਨਾਲ ਸੁਣੋ ਬੇਟੇ, ਨੈਕਸਟ ਲਾਸਟ। ਹੁਣ ਕਹਾਣੀ ਦਾ ਅੰਤ ਕਿਵੇਂ ਹੋਇਆ? ਕਹਾਣੀ ਦਾ ਅੰਤ ਕੁਐਸਚਨ ਆਏਗਾ ਸੁਖਾਂਤ ਵਿੱਚ ਹੈ ਦੁਖਾਂਤ ਵਿੱਚ ਹੈ? ਕਹਾਣੀ ਦਾ ਅੰਤ ਸੁਖਾਂਤ ਵਿੱਚ ਹੈ। ਹੁਣ ਮੰਜੇ ਤੇ ਪਿਆ ਦਰਬਾਰਾ ਸਿੰਘ, ਆਪਣੀਆਂ ਗਲਤੀਆਂ ਦੀ ਮਾਫ਼ੀ ਮੰਗ ਰਿਹਾ।
ਕਹਿੰਦਾ ਮੈਨੂੰ ਗਲਤੀਆਂ ਨਹੀਂ ਮਾਫੀ ਦੇ ਦੇ, ਮੇਰੇ ਤੋਂ ਬੜੀ ਗਾਲੀ ਗਲੋਚ ਹੋ ਗਿਆ, ਮੈਂ ਬੜੇ ਮਾੜੇ ਸ਼ਬਦ ਕਹੇ, ਤੇਰੀ ਗੱਲ ਜਾਇਜ਼ ਸੀ, ਤੂੰ ਔਖਾ ਸੀ, ਤੈਨੂੰ ਕੰਧ ਬਣਾਉਣ ਦੀ ਲੋੜ ਸੀ ਜੋ ਇਮੋਸ਼ਨਲੀ। ਪਰ ਕਪੂਰ ਸਿੰਘ ਕਹਿੰਦਾ ਤੂੰ ਪਹਿਲੀਆਂ ਗੱਲਾਂ ਨੂੰ ਭੁਲਾ ਦੇ, ਤੂੰ ਆਪਣੀ ਸਿਹਤ ਵੱਲ ਦੇਖ, ਤੂੰ ਸਿਹਤ ਤੇਰੀ ਠੀਕ ਹੋ ਜਾਣੀ ਹੈ। ਫਿਰ ਉਹਨੇ ਗੱਲਾਂ ਬਾਤਾਂ ਰਾਹੀਂ ਇਹ ਵੀ ਦੱਸਿਆ ਕਿ ਉਹਦੀ ਧੀ ਬੰਸੋ ਦਾ ਵਿਆਹ ਵੀ ਹੈ, ਤੇ ਮੈਂ ਮੰਜੇ ਤੇ ਪਿਆ, ਮੇਰੀ ਧੀ ਬੰਸੋ ਦਾ ਵਿਆਹ ਰੱਖਿਆ ਹੋਇਆ, ਧੀ ਦਾ ਨਾਮ ਕੀ ਹੈ? ਬੰਸੋ। ਅੱਗੋ ਬੰਸੋ, ਅੱਗੋ ਕਪੂਰ ਸਿੰਘ ਨੇ ਹੌਸਲਾ ਦਿੰਦੇ ਕਿਹਾ ਕਿ ਤੂੰ ਫਿਕਰ ਨਾ ਕਰ, ਵਿਆਹ ਦੀਆਂ ਜੋ ਵਿਆਹ ਦੀ ਤਰੀਕ ਰੱਖੀ ਹੈ ਵਿਆਹ ਹੋਏਗਾ, ਮੈਂ ਆਪ ਅੱਗੇ ਵੱਧ ਕੇ ਸਾਰੇ ਕਾਰਜ ਵਿੱਚ ਤੇਰਾ ਸਾਥ ਦੇਵਾਂਗਾ, ਔਰ ਪਰਮਾਤਮਾ ਦੀ ਮੇਰੇ ਨਾਲ ਤੂੰ ਸਭ ਕੁਛ ਠੀਕ ਹੋ ਜਾਣਾ ਹੈ। ਇਸ ਤਰ੍ਹਾਂ ਕਹਾਣੀ ਦਾ ਅੰਤ ਸੁਖਾਂਤ ਵਿੱਚ ਕੀਤਾ ਗਿਆ ਲੇਖਕ ਨੇ। ਫਸਟ ਕੁਸ਼ਚਨ ਦੇਖੋ, ਫਸਟ ਕੁਸ਼ਚਨ, ਸਾਂਝੀ ਕੰਧ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਇਹ ਸਾਰ ਹੈ ਜਿਹੜਾ ਤੁਸੀਂ ਵਰਬਲੀ ਕਰ ਲਓ, ਇਹ ਸਾਰ ਤੁਸੀਂ ਆਪਣੀ ਨੋਟਬੁੱਕ ਤੇ ਨਾਂ ਲਿਖਿਓ, ਕਿਉਂਕਿ ਜਦੋਂ ਸਾਰੇ ਕੁਸ਼ਚਨ ਦੇ ਆਨਸਰ ਕਰਨੇ ਹਨ ਉਹਨਾਂ ਨੂੰ ਮਿਲਾ ਕੇ ਸਾਰ ਬਣ ਜਾਣ। ਵੈਸੇ ਵੀ ਕਹਾਣੀ ਵਿੱਚੋਂ ਵੱਡਾ ਕੁਸ਼ਚਨ ਨਹੀਂ ਆਉਣਾ, ਠੀਕ ਹੈ? ਇਹ ਪਿੱਛੇ ਬੈਕ ਐਕਸਰਸਾਈਜ਼ ਤੇ ਤੁਹਾਡਾ ਕਹਾਣੀ ਦਾ ਸਾਰ ਕਿਉਂ ਲਿਖਿਆ, ਕਿਉਂਕਿ ਇਹ ਬੁੱਕ ਹੈ ਜਿਹੜੀ ਪੰਜਾਬ ਬੋਰਡ ਨੂੰ ਵੀ ਲੱਗੀ ਹੋਈ ਹੈ, ਉਹਦੇ ਵਿੱਚ ਵੱਡਾ ਕੁਸ਼ਚਨ ਆਏਗਾ ਤੁਹਾਡੇ ਸਿਲੇਬਸ ਦੇ ਅਕੋਰਡਿੰਗ, ਤੁਹਾਡੇ CBSE ਦੇ ਪੈਟਰਨ ਦੇ ਅਕੋਰਡਿੰਗ। ਕਹਾਣੀ ਵਿੱਚੋਂ 2 ਮਾਰਕਸ ਕੁਸ਼ਚਨ ਆਉਣੇ ਹਨ ਤੇ 1 ਮਾਰਕ ਕੁਸ਼ਚਨ, ਇਸ ਕਰਕੇ ਵੱਡੇ ਕੁਸ਼ਚਨ ਨਹੀਂ ਕਰਨੇ ਹਨ। ਅਗਲਾ ਕੁਸ਼ਚਨ ਦੇਖੋ, ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ ਸਾਂਝੀ ਕੰਧ ਕਰਨ ਦੀ ਲੋੜ ਕਿਉਂ ਨਹੀਂ ਸੀ? ਕਿਉਂ ਨਹੀਂ ਸੀ ਬੇਟੇ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ ਸਾਂਝੀ ਕੰਧ ਕਰਨ ਦੀ ਲੋੜ ਕਿਉਂ ਨਹੀਂ ਸੀ? ਮੀਂਹ ਪੈਣ ਕਾਰਨ ਜਦੋਂ ਸਾਂਝੀ ਕੰਧ ਢਹਿ ਗਈ, ਕਪੂਰ ਸਿੰਘ ਨੂੰ ਸਾਂਝੀ ਕੰਧ ਬਣਾਉਣ ਦੀ ਜ਼ਰੂਰਤ ਪਈ, ਦਰਬਾਰਾ ਸਿੰਘ ਨੂੰ ਸਾਂਝੀ ਕੰਧ ਬਣਾਉਣ ਦੀ ਕਹਿੰਦਾ ਕਿਉਂ ਜ਼ਰੂਰਤ ਨਹੀਂ ਸੀ? ਕਿਉਂਕਿ ਉਸ ਕੋਲ 2 ਘਰ ਸਨ, ਇੱਕ ਘਰ ਵਿੱਚ ਉਹਨੇ ਨਿੱਕ ਸੁੱਕ ਤੇ ਡੰਗਰ ਵੱਛਾ ਰੱਖਿਆ ਹੋਇਆ ਸੀ, ਤੇ ਦੂਜੇ ਘਰ ਵਿੱਚ ਉਹ ਆਪ ਰਹਿ ਰਿਹਾ ਸੀ ਆਪਣੇ ਪਰਿਵਾਰ ਸਮੇਤ, ਤੇ ਉਸਦੇ ਘਰ ਦੀ ਹਾਲਤ ਬਿਲਕੁਲ ਠੀਕ ਠਾਕ ਸੀ, ਜਦਕਿ ਕਪੂਰ ਸਿੰਘ ਦੇ ਘਰ ਦੀ ਹਾਲਤ ਕੀ ਸੀ? ਖਸਤਾ ਸੀ। ਇਸ ਕਰਕੇ ਦਰਬਾਰਾ ਸਿੰਘ ਨੂੰ ਕੰਧ ਬਣਾਉਣ ਦੀ ਲੋੜ ਨਹੀਂ ਸੀ, ਠੀਕ ਹੈ ਬੇਟੇ? 3 ਲਾਈਨਾਂ ਤੋਂ ਵੱਧ ਆਨਸਰ ਨਹੀਂ ਦੇਣੇ ਹਨ, ਬਾਕੀ ਕੁਸ਼ਚਨ ਆਪਾਂ ਕੱਲ ਦੀ ਕਲਾਸ ਚ ਕਰਾਂਗੇ, ਠੀਕ ਹੈ ਬੱਚੇ? ਥੈਂਕ ਯੂ ਸੋ ਮਚ।